Hello students, I welcome you all. We are going to learn subtraction, chapter number 3, subtraction. Observe the following. We have two pictures. Let us observe them. In first picture, we have 9 dolls. 1, 2, 3, 4, 5, 6, 7, 8, 9. Minus 4 dolls. In first picture, we have 9 dolls. We will take away 4 dolls out of 9 dolls. In second picture, we will find what the answer is. Sade kol pehli picture de vich 9 dolls ne, assi unna chon 4 jehdiyan 4 dolls ne, unna nu hata devange, le lavange aur नेक्स्ट पिक्चर दे विच देखांगे कि किन्नियां डॉल्स बाकी साडे कोल बच जांदियां। तां 9 दे विचों असीं 4 नूं हटाता है 1 2 3 4 तां बाकी जिहड़ियां डॉल्स बच गईयां उस नूं नेक्स्ट पिक्चर दे विच लिख लिया गया। लेट अस काउंट देम 1 2 3 4 5 5 डॉल्स देयर आर 9 डॉल्स 5 डॉल्स आर टेकन अवे 9 डॉल्स ने चार उन्हों चो हटा देती हैं गिनिया ले लिया गिनिया वी टेक अवे 4 डॉल्स फ्रॉम 9 डॉल्स टू गेट 5 डॉल्स ता साडे कोल जेडियां 5 डॉल्स ने ओ बाकी बच गए। इन जनरल वी से दैट 9 माइनस 4 इज इक्वल टू 5। असि इस नु मैथमेटिकल लैंग्वेज दे विच मैथ दी भाषा दे विच इस तरह लिखदे आम तौर ते के 9 माइनस 4 इज इक्वल टू 5 के 9 ਦੇ ਵਿੱਚੋਂ ਜੇਕਰ ਅਸੀਂ 4 ਨੂੰ ਮਾਈਨਸ ਕਰਦੇ ਹਾਂ ਤਾਂ ਸਾਡੇ ਕੋਲ 5 ਆ ਜਾਂਦਾ ਹੈ। ਵੀ ਰੀਡ 9 ਮਾਈਨਸ 4 ਇਜ਼ ਇਕੁਅਲ ਟੂ 5। ਵੀ ਕੈਨ ਆਲਸੋ ਸੇ ਦੈਟ ਡਿਫਰੈਂਸ ਬੀਟਵੀਨ 9 ਐਂਡ 4 ਇਜ਼ 5। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਨੰਬਰ 9 ਤੇ ਨੰਬਰ 4 ਦੇ ਵਿੱਚ ਡਿਫਰੈਂਸ ਹੈ ਜਿਹੜਾ ਉਹ ਕਿੰਨਾ ਹੈ 5। 5 ਦਾ ਡਿਫਰੈਂਸ ਹੈ ਦੋਨਾਂ 'ਚ। ਲੈਟ ਅਸ ਰਿਵਾਈਜ਼ ਵਾਟ ਵੀ ਹੈਵ ਲਰਨਡ ਬਾਈ ਸੋਲਵਿੰਗ ਸਮ ਐਕਸਰਸਾਈਜ਼। ਹੁਣ ਅਸੀਂ ਰਿਵਾਈਜ਼ ਕਰਾਂਗੇ, ਥੋੜ੍ਹੀ ਰਿਵੀਜ਼ਨ ਕਰਾਂਗੇ ਜੋ ਵੀ ਅਸੀਂ ਕੁਝ ਐਕਸਰਸਾਈਜ਼ ਦੇ ਵਿੱਚ ਸਿੱਖਿਆ ਹੈ। ਥੋੜ੍ਹੀ ਜਿਹੀ ਸਬਟ੍ਰੈਕਸ਼ਨ ਹੈ ਜਿਹੜੀ ਉਹ ਅਸੀਂ ਪਿਛਲੀ ਕਲਾਸ ਦੇ ਵਿੱਚ ਫਸਟ ਕਲਾਸ ਦੇ ਵਿੱਚ ਵੀ ਸਿੱਖੀ ਸੀ। ਰਿਮੈਂਬਰ ਦਿਸ ਸਾਈਨ ਯੂਜ਼ਡ ਫੋਰ ਸਬਟ੍ਰੈਕਸ਼ਨ ਐਂਡ ਕਾਲਡ ਮਾਈਨਸ ਸਾਈਨ। ਇਹ ਵਾਲਾ ਜਿਹੜਾ ਸਾਈਨ ਹੈ ਸਾਡੇ ਕੋਲ ਬਣਿਆ ਹੋਇਆ ਇੱਥੇ, ਇਹ ਵਾਲਾ ਸਾਈਨ ਇਸ ਤਰ੍ਹਾਂ ਕਰਕੇ sign is used for subtraction and called minus sign। ਇਹਨੂੰ ਸਬਟ੍ਰੈਕਟ ਕਰਨ ਲਈ ਯੂਜ਼ ਕੀਤਾ ਜਾਂਦਾ, ਵਰਤਿਆ ਜਾਂਦਾ ਔਰ ਇਸ ਦਾ ਨਾਮ ਕੀ ਹੈ, ਅਸੀਂ ਇਹਨੂੰ ਬੁਲਾਉਂਦੇ ਕਿਵੇਂ ਆ, ਕਹਿੰਦੇ ਕੀ ਆ, ਮਾਈਨਸ ਦਾ ਸਾਈਨ ਬੋਲਦੇ ਹਾਂ। ਇਹ ਵਾਲੇ ਸਾਈਨ ਨੂੰ, ਇਸ ਇਸ਼ਾਰੇ ਨੂੰ, ਇਸ ਚਿੰਨ੍ਹ ਨੂੰ, ਇਸ ਸੰਕੇਤ ਨੂੰ ਅਸੀਂ ਮਾਈਨਸ ਦਾ ਸਾਈਨ ਬੋਲਦੇ ਹਾਂ। ਸਬਟ੍ਰੈਕਟ ਦਾ ਫੋਲੋਇੰਗ, ਸਾਡੇ ਕੋਲ ਦੋ ਨੰਬਰ ਨੇ 15 ਮਾਈਨਸ 7। ਅਸੀਂ 15 ਦੇ ਵਿੱਚੋਂ 7 ਨੰਬਰ ਨੂੰ ਮਾਈਨਸ ਕਰਾਂਗੇ। ਕਿਸ ਤਰ੍ਹਾਂ ਕਰਾਂਗੇ? ਸਟੈਂਡਿੰਗ ਲਾਈਨਸ ਦੀ ਮਦਦ ਦੇ ਨਾਲ, ਹੈਲਪ ਦੇ ਨਾਲ। ਅਸੀਂ ਪਹਿਲਾਂ 15 ਲਾਈਨਸ ਲਗਾ ਲਈਆਂ ਇੱਥੇ, 1 2 3 4 5 6 7 8 9 10 11 12 13 14 15। ਫਿਰ ਜਿਹੜੀਆਂ 7 ਲਾਈਨਸ ਨੇ ਉਹਨਾਂ ਨੂੰ ਟੇਕ ਅਵੇ ਕਰ ਲਿਆ, ਉਹਨਾਂ ਨੂੰ ਹਟਾ ਦਿੱਤਾ। 1 2 3 4 5 6 7 ਇਹ 7 ਲਾਈਨਸ ਹਟਾ ਲਈਆਂ। ਰੈਸਟ ਆਫ ਜਿਹੜੀਆਂ ਸਟੈਂਡਿੰਗ ਲਾਈਨਸ ਨੇ ਉਹਨਾਂ ਨੂੰ ਕੈਲਕੂਲੇਟ ਕਰ ਲਵਾਂਗੇ, ਕਾਊਂਟ ਕਰ ਲਵਾਂਗੇ, ਉਹਨਾਂ ਦੀ ਗਿਣਤੀ ਕਰ ਲਵਾਂਗੇ। 1 2 3 4 5 6 7 8 ਤਾਂ ਸਾਡੇ ਕੋਲ ਆਨਸਰ ਹੈ ਜਿਹੜਾ, ਉਹ 8 ਆ ਜਾਂਦਾ। 8 ਇਜ਼ ਆ ਆਨਸਰ। ਇਸ ਬਲੈਂਕ ਬਾਕਸ ਦੇ ਵਿੱਚ ਅਸੀਂ 8 ਲਿਖ ਦਿੰਦੇ। ਲੈਟ ਅਸ ਡੂ ਨੈਕਸਟ ਸਮ। 5 ਮਾਈਨਸ 2, ਨਾਓ ਵੀ ਹੈਵ ਟੂ ਅਦਰ ਨੰਬਰਸ, 1 ਨੰਬਰ ਇਜ਼ 5 ਐਂਡ ਦਾ ਸੈਕਿੰਡ ਨੰਬਰ ਇਜ਼ 2। ਲੈਟ ਅਸ ਟਰਾਈ ਟੂ ਫਾਈਂਡ ਆਊਟ ਵਟ ਇਜ਼ ਦਾ ਡਿਫਰੈਂਸ ਬਿਟਵੀਨ 5 ਐਂਡ 2। 5 ਤੇ 2 ਦੇ ਵਿੱਚ ਕੀ ਡਿਫਰੈਂਸ ਹੈ? 5 ਦੇ ਵਿੱਚੋਂ ਜੇਕਰ ਅਸੀਂ 2 ਨੂੰ ਮਾਈਨਸ ਕਰਦੇ ਹਾਂ ਸਾਡੇ ਕੋਲ ਆਨਸਰ ਕੀ ਆਉਂਦਾ? ਪਹਿਲਾਂ ਅਸੀਂ 5 ਲਾਈਨਸ ਲਗਾਵਾਂਗੇ। 1 2 3 4 5, ਫਿਰ 2 ਜਿਹੜੀਆਂ ਲਾਈਨਸ ਨੇ ਉਹਨਾਂ ਨੂੰ ਹਟਾ ਦੇਵਾਂਗੇ। 1 2 ਬਾਕੀ ਜਿਹੜੀਆਂ ਰੈਸਟ ਆਫ ਸਟੈਂਡਿੰਗ ਲਾਈਨਸ ਨੇ ਵੀ ਵਿਲ ਕੈਲਕੂਲੇਟ ਦੈਮ। 1 2 3, ਸੋ ਆਰ ਆਨਸਰ ਇਜ਼ 3। ਸਿਮਿਲਰ ਸਮਸ ਨੇ, ਬਾਕੀ ਉਹ ਤੁਸੀਂ ਖੁਦ ਕਰ ਲੈਣੇ ਬੇਟਾ। ਨਾਓ ਵੀ ਮੂਵਸ ਔਨ ਦ ਨੈਕਸਟ ਪੇਜ,
On this page, we will learn some facts about subtraction. Let us try to do it. Subtraction facts. When we subtract 0 from a number, the difference is the number itself. ਜਦੋਂ ਅਸੀਂ ਕਿਸੇ ਸੰਖਿਆ ਦੇ ਵਿੱਚੋਂ ਕਿਸੇ ਨੰਬਰ ਦੇ ਵਿੱਚੋਂ 0 ਨੂੰ ਸਬਟ੍ਰੈਕਟ ਕਰਦੇ ਹਾਂ, 0 ਨੂੰ ਮਾਈਨਸ ਕਰਦੇ ਹਾਂ, 0 ਨੂੰ ਘਟਾਉਂਦੇ ਹਾਂ, ਤਾਂ ਡਿਫਰੈਂਸ ਦੋਨੋਂ ਨੰਬਰਸ ਦੇ ਵਿੱਚ, ਦੋਨੋਂ ਸੰਖਿਆਵਾਂ ਦੇ ਵਿੱਚ ਡਿਫਰੈਂਸ ਹੈ ਜਿਹੜਾ ਉਹ ਪਹਿਲੇ ਨੰਬਰ ਵਾਲਾ ਹੀ ਆਉਂਦਾ। ਫੋਰ ਐਗਜ਼ਾਮਪਲ, ਵੀ ਹੈਵ ਐਨ ਐਗਜ਼ਾਮਪਲ ਹੇਅਰ, 8 ਐਪਲਸ ਔਨ ਅ ਪਲੇਟ, 9 ਐਪਲਸ ਆਰ ਟੇਕਨ। ਪਹਿਲੀ ਪਲੇਟ ਦੇ ਵਿੱਚ 8 ਐਪਲਸ ਨੇ, 8 ਐਪਲਸ ਨੇ ਸਾਡੇ ਕੋਲੇ। सैकेंड प्लेट दे विच कोई भी एप्पल नहीं है, असी लिया ही नहीं कोई, माइनस किया नहीं, माइनस जीरो की है। तो थर्ड प्लेट दे विच साढ़े कोल किन्ने एप्पल्स बच गए, जिन्ने पहली प्लेट दे विच सी, 10। इस तरह असी कह सकते हैं 8 माइनस जीरो इज इक्वल टू 8। 8 एक नंबर है, जीरो इज आलसो अ नंबर, जीरो भी एक नंबर है, दोनों ही संख्यावान ने। पहली संख्या दे विचों दूसरी संख्या नूं जदों असी माइनस करते हैं, सबट्रैक्ट करते हैं, जेकर दूसरी संख्या जीरो है तो आंसर पहली संख्या ही आएगी। पहला नंबर साढ़े को है 8, उस दे विचों से माइनस की किया केड़ा नंबर किया जीरो, तो आंसर साढ़े को आ गया 8 इटसेल्फ, 8 ही जेड़ा नंबर है वही आंसर आ जाऊ। सिमिलरली सैकेंड एग्जाम्पल किया हो, ऑब्जर्व द फॉलोइंग, 4 माइनस 4 इज इक्वल टू 0। ਜਦੋਂ ਦੋਨੋਂ ਸੇਮ ਨੰਬਰ ਇਕੁਅਲ ਨੰਬਰ ਅਸੀਂ ਮਾਈਨਸ ਕਰਦੇ ਹਾਂ ਤਾਂ ਆਨਸਰ 0 ਆਉਂਦਾ। 4 ਇੱਕ ਨੰਬਰ ਹੈ, ਸੈਕਿੰਡ ਨੰਬਰ ਕੀ ਹੈ, ਉਹ ਵੀ 4 ਹੀ ਹੈ, ਤਾਂ 4 ਦੇ ਵਿੱਚੋਂ 4 ਨੂੰ ਮਾਈਨਸ ਕਰਦੇ ਹਾਂ ਤਾਂ ਆਨਸਰ 0 ਆਊ। ਦੋਨੋਂ ਨੰਬਰ ਸੇਮ ਹੋਣ ਤਾਂ ਆਨਸਰ 0 ਆਉਂਦਾ। 8 ਮਾਈਨਸ 8 ਇਜ਼ 0, 16 ਮਾਈਨਸ 16 ਇਜ਼ ਇਕੁਅਲ ਟੂ 0। Fill in the boxes. फिर असी कुछ sums करने ने minus दे, subtraction दे. Let us do it. 7 minus 0 is equal to 7. असी हुने सिखिया सी कि जदों किसी नंबर दे विचों 0 नूं minus किया जाता है तो वही नंबर itself answer होंदा है, तो 7 दे विचों 0 minus किया तो साडा आंसर आ गया 7। इत्थे असी की पढ़ना है ब्लैंक बॉक्स दे विच, ब्लैंक बॉक्स माइनस 18 इज इक्वल टू 0। असी की सीखा सी जो दोनों सेम नंबर होंगे है उन्होंने असं माइनस करते हैं तो साडा आंसर 0 आंदा, तो इतने की होगा 18, 18 माइनस 18 इज इक्वल टू 0। 62 माइनस 0 इज इक्वल टू, जदों किसी नंबर के 0 नूं माइनस करते हैं तो वही नंबर इटसेल्फ ही आंसर आ जाता, तो साडा आंसर की होगा 62। Rest of the sums are similar. You can do it yourself. Now we move on the next page. Subtraction of a one digit number from two digit number. Subtract the following by drawing bars. One has been done for you. ਅਸੀਂ ਇੱਕ ਡਿਜ਼ਿਟ ਵਾਲੇ ਨੰਬਰ ਦੇ ਵਿੱਚੋਂ, ਕਿਹੋ ਜਿਹੀ ਸੰਖਿਆ ਦੇ ਵਿੱਚੋਂ ਜਿਸਦਾ ਇੱਕੋ ਹੀ ਅੰਕ ਹੋਵੇ ਉਸਨੂੰ ਟੂ ਡਿਜ਼ਿਟ ਨੰਬਰ ਦੇ ਵਿੱਚੋਂ, ਇੱਕ ਅਜਿਹੇ ਨੰਬਰ, ਇੱਕ ਅਜਿਹੀ ਸੰਖਿਆ ਦੇ ਵਿੱਚੋਂ ਜਿਹੜੀ ਜਿਸ ਵਿੱਚ ਟੂ ਵਿੱਚ ਕੰਟੇਨਸ ਟੂ ਡਿਜ਼ਿਟਸ, ਜਿਸਦੇ ਦੋ ਅੰਕ ਹੋਣ, ਉਹਦੇ 'ਚੋਂ ਉਸਨੂੰ ਮਾਈਨਸ ਕਰਨਾ, ਸਬਟ੍ਰੈਕਟ ਕਰਨਾ, ਬਾਰਸ ਸਟੈਂਡਿੰਗ ਲਾਈਨਸ ਡਰੋ ਕਰਕੇ। ਇੱਕ ਐਗਜ਼ਾਮਪਲ ਸਾਡੇ ਲਈ ਸੋਲਵ ਕੀਤੀ ਹੋਈ ਹੈ, ਵੀ ਵਿਲ ਅਬਜ਼ਰਵ ਇਟ ਐਂਡ ਟਰਾਈ ਟੂ ਲਰਨ ਇਟ। ਲੈਟ ਅਸ ਡੂ। ਸਾਡੇ ਕੋਲ ਕੀ ਹੈ, 17, 17 ਇਜ਼ ਅ ਨੰਬਰ, ਇਟ ਹੈਜ਼ ਟੂ ਡਿਜ਼ਿਟਸ। 17 ਕੀ ਹੈ, ਇੱਕ ਨੰਬਰ ਹੈ, ਇੱਕ ਸੰਖਿਆ ਹੈ, ਇਸ ਵਿੱਚ ਕਿੰਨੇ ਡਿਜ਼ਿਟ ਨੇ, ਟੂ, ਸਾਨੂੰ ਕੀ ਪਤਾ ਲੱਗਦਾ, 1, 2, ਵੀ ਹੈਵ ਟੂ ਡਿਜ਼ਿਟਸ ਇਨ 17। 8 ਇਜ਼ ਆਲਸੋ ਅ ਨੰਬਰ, ਬਟ 8, ਦਿਸ ਨੰਬਰ ਹੈਜ਼ ਓਨਲੀ 1 ਡਿਜ਼ਿਟ। 8 ਵੀ ਇੱਕ ਨੰਬਰ, ਇੱਕ ਸੰਖਿਆ, ਪਰ ਇਸ ਦੇ ਵਿੱਚ ਕਿੰਨੇ ਡਿਜ਼ਿਟ ਨੇ, ਓਨਲੀ 1। ਤਾਂ ਅਸੀਂ 2 ਡਿਜ਼ਿਟ ਨੰਬਰ ਦੇ ਵਿੱਚੋਂ 1 ਡਿਜ਼ਿਟ ਨੰਬਰ ਹੈ ਜਿਹੜਾ ਉਹ ਮਾਈਨਸ ਕਰਨਾ। ਵੇ ਕੀ ਹੈ, ਮੈਥਡ ਕੀ ਹੈ, ਤਰੀਕਾ ਕੀ ਹੈ, ਅਸੀਂ 17 ਬਾਰਸ ਡਰਾ ਕਰਾਂਗੇ। ਇੱਥੇ ਪਹਿਲਾਂ ਹੀ ਬੁੱਕ ਦੇ ਉੱਪਰ ਕੀਤੀਆਂ ਹੋਈਆਂ ਕਿਉਂਕਿ ਸਾਨੂੰ ਸੋਲਵ ਕੀਤਾ ਹੋਇਆ ਸਮ ਹੈ। ਉਸ ਦੇ ਵਿੱਚੋਂ 8 ਜਿਹੜੀਆਂ ਬਾਰਸ ਨੇ ਉਹਨਾਂ ਨੂੰ ਹਟਾ ਦੇਵਾਂਗੇ, ਬਾਕੀ ਰੈਸਟ ਆਫ ਦ ਬਾਰਸ ਨੂੰ ਕੈਲਕੂਲੇਟ ਕਰਾਂਗੇ, ਕਾਊਂਟ ਕਰਾਂਗੇ, ਉਹਨਾਂ ਦੀ ਗਿਣਤੀ ਕਰ ਲਵਾਂਗੇ
और जो भी आएगा वही साडा आंसर होगा। तो इतने 17 बार्स बनिया हुई हैं, उन्होंने 8 नूं हटा दिता गया, बाकी जिहड़ियां बार्स बच गईआं उन्होंने काउंट कर लिया 1 2 3 4 5 6 7 8 9। सो 9 इज आवर आंसर। नैक्सट सानू असीं खुद सॉल्व करांगे। तो दो इत्थे साडे कोल इहदे वेज हो सकदे ने, कि तुसीं 28 बार्स बना लिए, उस दे विच्चों 8 बार्स नूं रिमूव कर दिए, रेस्ट ऑफ द वर्ड्स नूं कैलकुलेट कर लिए, काउंट कर लिए, उन्हां दी गिनती कर लिए, फिर भी साडा आंसर मिल जूगा। एक असीं होर वे कर सकदे आ कि 8 बार्स बना लिए और उस दे विच्चों 8 नूं रिमूव कर दिए, 0 आ जूगा। तो दो दे विच्चों ये 2 वाले डिजिट दे विच्चों इधर कोई भी डिजिट नहीं है तो माइनस कुछ होना ही नहीं है, तो 2 आ जूगा, फिर भी 20 आ जूगा। तो ये दो साढ़े वेज हो सकते ने, उस ढंग नाल असीं इहनूं कर लैणा। कन्फ्यूज नहीं होना, पजल नहीं होना, उलझना नहीं है। जे नहीं समझ आता तो असीं 28 बार्स बना के 8 बार्स नूं हटा देवांगे, फिर भी 20 आ जूगा। लेट अस डू द नैक्सट सम। 13 बार्स बनावांगे, 1 2 3 4 5 6 7 8 9 10 11 12 13, 5 नूं हटा देंगे, 1 2 3 4 5, रेस्ट ऑफ द बार्स विल बी काउंटर, विल बी कैलकुलेटेड, इन जिहड़ियां बाकी बच गईआं उन्हां नूं असीं गिनती करांगे, 1 2 3 4 5 6 7 8। सो नंबर 8 इज आवर आंसर। सिमिलरली बाकी सब उन्हां नूं तुसीं खुद कर लो। Now we moves on the next page, word problems। हुण साडे कोल जिहड़ी स्टेटमेंट है सामने, जिहड़ा पहला न्यूमेरिक दे विच डिजिट्स दे विच दित्ता हुंदा सी, सीधा साडे कोल सामने डायरेक्ट ही सम पिया हुंदा सी, उहदी स्टेटमेंट असीं उहनूं माइनस कर लैंदी सी, सबट्रैक्ट कर लैंदी सी। हुण जिहड़ियां प्रॉब्लम्स ने करना सी, हुण भी सबट्रैक्ट ही है, माइनस ही है, बट हुण जिहड़ी स्टेटमेंट है सामने, जिहड़ा जिहड़ी प्रॉब्लम है, उह सानूं वर्डिंग बना के वर्ड्स दे विच दसी हुई है। Prince had 12 pens. He gave 6 of them to his friend. How many pens are left? Prince kol 12 pen ne, 12 pens ne, usne 6 pens ne jehde apne kise dost nu dete hai, us kol baki kinne pen bache? To jehdi problem hai oh sanu words de vich sentence bana ke samjhai hui hai, lekin assi inu solve minus karke subtraction karke hi karna hai. 12 minus 6, बिल्कुल आ स्टेटमेंट पहलों वाले सम्स वर्ग लास्ट पेज वर्गी बन गई है, असी उन्हों उसे वे नाल ही सॉल्व कर लेना, एंड आवर आंसर इज 6। लेट अस डू नेक्स्ट सम। रितु हैज 15 स्वीट्स, शी गेव 8 स्वीट्स टू हर ब्रदर, हाउ मेनी स्वीट्स हैड शी लेफ्ट। रितु को 15 मिठाई दे पीस सीगे, मिठाइयां सीगियां, और उन्हें 8 ਜਿਹੜੀਆਂ ਚੀਜ਼ਾਂ ਨੇ ਉਹ ਆਪਣੇ ਭਰਾ ਨੂੰ ਆਪਣੇ ਬ੍ਰਦਰ ਨੂੰ ਦਿੱਤੀਆਂ, ਉਸ ਕੋਲ ਕਿੰਨੀਆਂ ਬਚ ਗਈਆਂ? ਤਾਂ ਅਸੀਂ ਕੀ ਕਰਾਂਗੇ, 15 ਮਾਈਨਸ 8 ਕਰਾਂਗੇ। ਪਹਿਲਾਂ ਅਸੀਂ ਇੱਥੇ 15 ਲਿਖਾਂਗੇ, ਇਸ ਦੇ ਵਿੱਚੋਂ ਅਸੀਂ ਨੇ 8 ਨੰਬਰ ਹੈ ਜਿਹੜੀ 8 ਸੰਖਿਆ ਉਸ ਨੂੰ ਮਾਈਨਸ ਕਰਦਾ, ਤਾਂ 15 ਬਾਰਸ ਬਣਾਵਾਂਗੇ, 8 ਬਾਰਸ ਨੂੰ ਰਿਮੂਵ ਕਰ ਦਾਂਗੇ, ਟੇਕ ਅਵੇ ਕਰ ਲਾਂਗੇ, ਬਾਕੀ ਰੈਸਟ ਆਫ ਦ ਬਾਰਸ ਨੂੰ ਕੈਲਕੂਲੇਟ ਕਰਾਂਗੇ, ਕਾਊਂਟ ਕਰਾਂਗੇ, ਐਂਡ that will be our answer. Let us do it. 1 2 3 4 5 6 7 8 9 10 11 12 13 14 15, 8 count karenge, 1 2 3 4 5 6 7 8, nanu remove kar dange, rest of the bars will be counted, 1 2 3 4 5 6 7. So number 7 is our answer. Similar sums ne next sums tusi khud solve kar lena.